ਮਾਝ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਾਝ ਰਾਗ 'ਚ ਹੋਰ ਫਰਮਾਉਂਦੇ ਨੇ ਬਖਸ਼ਿਸ਼ ਕਰਕੇ, ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ। ਜਿਸ ਵੇਲੇ ਗੋਬਿੰਦ ਗੁਸਾਈ ਕਿਰਪਾਲੂ ਹੋਏ ਨਾ ਸਾਡੇ ਤੇ ਮਾਲਕ ਸਾਡੇ, ਤਾਂ ਗੁਰੂ ਰੂਪ ਬੱਦਲ ਸਾਰਿਆਂ ਜਗ੍ਹਾ ਦੇ ਉੱਤੇ ਉਪਦੇਸ਼ ਰੂਪ ਜਲ ਦੀ ਵਰਖਾ ਕਰਦੇ ਨੇ। ਜਦੋਂ ਕਿਰਪਾਲੂ ਹੁੰਦੇ ਆ ਅਕਾਲ ਪੁਰਖ ਵਾਹਿਗੁਰੂ, ਤਾਂ ਸਾਰੀ ਦੁਨੀਆਂ 'ਤੇ ਨਾਮ ਦੀ ਵਰਖਾ ਹੁੰਦੀ, ਨਾਮ ਦਾ ਉਪਦੇਸ਼ ਹੁੰਦਾ। ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਜੋ ਦੀਨ ਦਿਆਲੂ ਸਦਾ ਕਿਰਪਾਲੂ ਸੁਭਾਅ ਵਾਲਾ ਨਾ ਅਕਾਲ ਪੁਰਖ ਵਾਹਿਗੁਰੂ, ਉਹਨੇ ਹੁਣ ਕਰਤਾਰ ਪਰਮੇਸ਼ਰ ਨੇ ਸਾਰੇ ਹਿਰਦਿਆਂ 'ਚ ਠੰਡ ਪਾ ਤੀ ਬਾਣੀ ਨਾਲ, ਤੜਫਣਾ ਮਿਟਾ ਦਿੱਤੀ, ਕਿਉਂਕਿ ਨਾਮ ਦੀ ਵਰਖਾ ਕਰਕੇ ਬਖਸ਼ਿਸ਼ ਹੋਈ ਹੈ। ਆ ਸਿਮਰਨ ਹੁਣ ਸ਼ੁਰੂ ਕਰਾਇਆ ਸੈਚਰਡੇ ਨੂੰ ਸ਼ਾਮ ਨੂੰ, ਕਹਿੰਦੇ ਇੱਥੇ ਕਿਸੇ ਨੇ ਕਰਾਇਆ ਹੀ ਨਹੀਂ ਕਦੇ ਸਿਮਰਨ, ਪੁਰਾਣਿਆਂ ਸਾਰਿਆਂ ਨੂੰ ਪਤਾ ਵੀ ਕਰਾਇਆ ਹੀ ਨਹੀਂ ਸਿਮਰਨ, ਇਹ ਗੁਰਦੁਆਰਾ ਸਾਹਿਬ ਕਾਹਦੇ ਲਈ ਹੁੰਦਾ ਬਈ? ਇੱਕ ਕੜਾਹ ਪ੍ਰਸ਼ਾਦ ਛਕਣ ਨੂੰ, ਲੰਗਰ ਛਕਣ ਨੂੰ ਬਣਾਇਆ ਗੁਰਦੁਆਰਾ। ਜੇ ਸਿਮਰਨ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਫਿਰ ਕੁਛ ਵੀ ਨਹੀਂ ਹੈ ਪ੍ਰਵਾਨ ਸਾਨੂੰ, ਸਿਮਰਨ ਸਾਰਿਆਂ ਨਾਲੋਂ ਉੱਪਰਲੀ ਚੀਜ਼ ਹੈ। ਇੱਕ ਵਾਰ ਕਹਿੰਦੇ ਕਿਸੇ ਗੁਰੂ ਘਰ ਦੇ 'ਚ ਸੰਗਤ ਨੇ ਦਿਨੇ 15 ਕੁ ਮਿੰਟ ਸਿਮਰਨ ਸ਼ੁਰੂ ਕਰਾ ਲਿਆ, 20-50 ਜਾਣੇ ਤਾਂ ਅੰਦਰ ਬਹਿ ਕੇ ਸਿਮਰਨ ਕਰਨ, 50 ਜਾਣੇ ਬਾਹਰ ਰੌਲਾ ਪਾ ਕੇ ਉਹਨੂੰ ਹਟਾਉਣ ਦਾ ਯਤਨ ਕਰਨ, ਵੀ ਇਹ ਕੀ ਸ਼ੁਰੂ ਕਰ ਲਿਆ ਵਾਹਿਗੁਰੂ ਵਾਹਿਗੁਰੂ ਕਰਨਾ, ਪਤਾ ਹੀ ਨਹੀਂ ਹੈ। ਕਿਉਂ? ਕਿਸੇ ਨੇ ਕਦੇ ਦੱਸਿਆ ਥੋੜ੍ਹੀ ਸਾਨੂੰ ਵੀ ਸਿਮਰਨ ਕਰਨ ਦਾ ਕਿੰਨਾ ਕੁ ਲਾਭ ਹੁੰਦਾ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਦੇਖੋ ਸਿਮਰਨ ਦਾ ਕਿੰਨਾ ਲਾਭ ਗੁਰਾਂ ਨੇ ਦੱਸਿਆ। ਇਸ ਕਰਕੇ ਸਾਰੇ ਮਹਾਂਪੁਰਖ ਬਹੁਤ ਸਿਮਰਨ ਕਰਦੇ ਰਹੇ ਨੇ। ਸਿਮਰਨ ਕਰਨਾ ਦਿਲ ਦੀ ਧੜਕਣ ਨਾਲ ਸਿਮਰਨ ਕਰਦੇ ਰਹੇ ਬਾਬਾ ਜਰਨੈਲ ਸਿੰਘ ਜੀ ਖਾਲਸਾ। ਮੈਂ ਪੁੱਛਿਆ ਤੁਸੀਂ ਕਿਵੇਂ ਕਰਦੇ ਹੋ? ਕਹਿੰਦੇ ਦਿਲ ਦੀ ਧੜਕਣ ਨਾਲ ਕਰਦਾ। ਇਹ ਇੱਕ ਗਾਹਾਂ ਜਾ ਕੇ ਅਵਸਥਾ ਬਣਦੀ ਹੈ ਗੁਰਮੰਤਰ ਦਾ ਅਭਿਆਸ ਕਰਨਾ। ਜਦੋਂ ਸਵੇਰੇ ਉਹਨਾਂ ਨੂੰ ਉਠਾਲਦੇ ਸੀ ਨਾ, ਉੱਠਦਿਆਂ ਸਾਰੀ 100 ਵਾਰੀ ਵਾਹਿਗੁਰੂ ਕਹਿ ਦਿੰਦੇ ਸੀ, ਵਾਹਿਗੁਰੂ 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 ਕਰੀ ਜਾਣਾ ਉਹਨਾਂ ਨੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਜਦੋਂ ਸਮਾਗਮ ਅਸੀਂ ਅਟੈਂਡ ਕੀਤੇ ਹਫ਼ਤਾ, ਉਦੋਂ ਜਥੇ ਵਿੱਚ ਫਿਰ ਇੱਕ ਘੰਟਾ ਸਿਮਰਨ ਰੱਖਿਆ ਸੀ ਸ਼ਾਮ ਨੂੰ 4 ਤੋਂ 5। ਮਹਾਂਪੁਰਖ ਆਪ ਸਾਡੇ ਵਿੱਚ ਬਹਿ ਕੇ ਆਪ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਸਾਰੇ ਜਥੇ 'ਤੇ ਨਿਗਰਾਨੀ ਰੱਖ ਕੇ ਫਿਰ ਵਾਹਿਗੁਰੂ ਮੰਤਰ ਦਾ ਅਭਿਆਸ ਆਪ ਵੀ ਕਰਾਉਂਦੇ ਸੀ। ਚਲੋ ਵਾਹਿਗੁਰੂ ਨੂੰ ਭਾਇਆ ਭਾਣਾ ਸੀ ਉਹਨਾਂ ਦਾ ਕਿ ਉਸ ਛੇਤੀ ਸਾਨੂੰ ਵਿਛੋੜਾ ਦੇ ਗਏ, ਅਤੇ ਮੁੜ ਕੇ ਸਿਮਰਨ ਦੀ ਰੀਤੀ ਜਿਹੜੀ ਸੀ ਉਹ ਘਟੀ ਥੋੜ੍ਹੀ ਜਿਹੀ। ਮਹਾਂਪੁਰਖਾਂ ਦੇ ਕੋਲ ਇੱਕ ਹੋਰ ਚੀਜ਼ ਸੀ, 2 ਸਿੰਘ ਹਰ ਵਕਤ ਉਹਨਾਂ ਦੇ ਆਸਣ 'ਤੇ ਖੜ੍ਹੇ ਪੀਲੇ ਪਰਨੇ ਪਾ ਕੇ ਗਲ 'ਚ ਵਾਹਿਗੁਰੂ 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 ਕਰਦੇ ਹੀ ਰਹਿੰਦੇ ਹੁੰਦੇ ਸੀ ਹਰ ਵਕਤ। ਮੇਰੀ ਸਾਰਿਆਂ ਨਾਲੋਂ ਪਹਿਲਾਂ ਹੀ ਸੇਵਾ ਇਹੀ ਲੱਗੀ ਸੀ ਜਾਂਦਿਆਂ ਸਾਰ, ਕਿਉਂਕਿ ਜਿਹੜੇ ਨਵੇਂ ਵਿਦਿਆਰਥੀ ਆਉਂਦੇ ਸੀ, ਸੰਥਿਆ ਹਾਲੇ ਨਹੀਂ ਸੀ ਹੋਈ, ਕੁਛ ਵੀ ਨਹੀਂ ਸੀ ਆਉਂਦਾ ਜਿਨ੍ਹਾਂ ਨੂੰ, ਮੈਨੂੰ ਕਹਿੰਦੇ ਆ ਤੇਰੇ ਗਲ 'ਚ ਪੀਲਾ ਜਿਹਾ ਪਰਨਾ ਪਾਉਣਾ, ਇਹ ਹੁਣ ਮਤਲਬ ਇਹ ਹੈ ਕਿ ਤੇਰੀ ਸਿਮਰਨ ਦੀ ਰੌਲ ਸ਼ੁਰੂ ਹੋ ਗਈ ਮਹਾਂਪੁਰਖਾਂ ਦੇ ਕੋਲ ਖੜ੍ਹਾ ਮੂੰਹ 'ਚ ਕਰਨਾ। 2 ਘੰਟੇ ਸਿਮਰਨ ਕੀਤਾ, 2 ਘੰਟੇ ਤੋਂ ਬਾਅਦ ਜਿਹੜਾ ਅਗਲਾ ਬੰਦਾ ਫਿਰ ਉਹਦੇ ਗਲ 'ਚ ਪੀਲਾ ਪਰਨਾ ਪਾਉਣ, ਉਹਨੇ ਫਿਰ ਵਾਹਿਗੁਰੂ ਮੰਤਰ ਕਰਨਾ। ਇਹ ਵਾਹਿਗੁਰੂ ਮੰਤਰ ਦਾ ਅਭਿਆਸ ਗੁਰੂ ਨਾਨਕ ਸਾਹਿਬ ਆਪ ਬਹੁਤ ਕਰਦੇ ਨੇ, ਮਹਾਰਾਜ ਸਾਰੇ ਸਰੂਪ ਕਰਦੇ ਨੇ, ਸਾਰੇ ਹੀ ਗੁਰਸਿੱਖ ਕਰਦੇ ਨੇ ਵਾਹਿਗੁਰੂ ਮੰਤਰ ਦਾ ਅਭਿਆਸ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਠੰਡ ਨਾਮ ਨਾਲ ਪੈਣੀ ਹੈ, ਨਾਮ ਤੋਂ ਬਿਨਾਂ ਕੋਈ ਕੰਮ ਨਹੀਂ ਬਣਨਾ, ਨਾ ਠੰਡ ਪੈਣੀ ਨਾ ਕੋਈ ਗੱਲ ਬਣਨੀ ਹੈ। ਸਿਮਰਨ ਕਰਨਾ ਬਹੁਤ ਜ਼ਰੂਰੀ ਆ, ਬਾਹਲਾ ਜ਼ਿਆਦਾ ਨਹੀਂ ਤਾਂ 15 ਮਿੰਟ ਜ਼ਰੂਰ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਲਿਆ ਕਰੋ, 15 ਕੁ ਮਿੰਟ, 10 ਮਿੰਟ ਜੇ ਕੰਮ ਹੈ ਤਾਂ 10 ਕੁ ਮਿੰਟ ਬਹਿ ਕੇ ਜ਼ਰੂਰ। ਸਾਰਾ ਦਿਨ ਮਨ ਸ਼ਾਂਤ ਰਹੂਗਾ, ਸਾਰਾ ਦਿਨ ਇਕਾਗਰਤਾ ਬਣੀ ਰਹੂਗੀ, ਸਤਿਗੁਰੂ ਦੀ ਫਿਰ ਬਖਸ਼ਿਸ਼ ਰਹਿੰਦੀ ਮਨ ਦੇ ਉੱਤੇ। ਆਪਣੇ ਜੀ ਜੰਤ ਪ੍ਰਤਪਾਰੇ ਜਿਉਂ ਬਾਰ ਇੱਕ ਮਾਤਾ ਸੰਮਾਰੇ, ਉਹ ਆਪਣੇ ਜੀ ਜੰਤਾਂ ਨੂੰ ਇਉਂ ਪਾਲਦਾ ਜਿਵੇਂ ਬੱਚੇ ਨੂੰ ਮਾਂ ਸੰਭਾਲਦੀ ਹੈ। ਦੇਖ ਲਓ ਮਾਂ ਨੇ ਸਾਨੂੰ ਕਿੰਨਾ ਪਾਲਿਆ, ਮਾਂ ਦਾ ਦੇਣ ਕੋਈ ਕਹਿੰਦੇ ਦੇ ਨਹੀਂ ਸਕਦਾ, ਅਤੇ ਵਾਹਿਗੁਰੂ ਦਾ ਦੇਣ ਕੌਣ ਦੇ ਸਕਦਾ? ਵਾਹਿਗੁਰੂ ਤਾਂ ਸਾਡੀ ਇੰਨੀ ਪਾਲਣਾ ਕਰਦੇ ਨੇ, ਸਿਮਰਨ ਕਰਨ ਵਾਲੇ ਉੱਤੇ ਤਾਂ ਇੰਨੇ ਕੁਰਬਾਨ ਜਾਂਦੇ ਨੇ, ਬਖਸ਼ਿਸ਼ਾਂ ਕਰਦੇ ਸਤਿਗੁਰੂ ਮਹਾਰਾਜ। ਦੁੱਖ ਪੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ। ਜੋ ਸਵਾਮੀ ਦੁੱਖਾਂ ਦੇ ਭੰਨਣ ਵਾਲਾ ਹੈ, ਨਾਸ ਕਰਨ ਵਾਲਾ ਹੈ, ਅਤੇ ਸੁੱਖਾਂ ਦਾ ਸਮੁੰਦਰ ਹੈ, ਉਹੀ ਸਾਰਿਆਂ ਨੂੰ ਆਹਾਰੇ ਦਿੰਦਾ, ਭੋਜਨ ਦਿੰਦਾ। ਆ ਆੜੇ ਨੂੰ ਕੰਨਾ ਹੈ ਇੱਥੇ, ਇਸੇ ਕਰਕੇ ਆਹਾਰੇ ਕਿਹਾ।
ਨਹੀਂ ਤਾਂ ਇਹਨੂੰ ਪੰਗਤੀ ਨੂੰ ਪੜ੍ਹਨ ਵੇਲੇ ਬੜੀ ਛੇਤੀ ਅਹਾਰੇ ਹੀ ਪੜ੍ਹ ਜਾਣਾ, ਕੰਨਾਂ ਛੱਡ ਕੇ ਨਹੀਂ ਜਾਣਾ। ਗੁਰਾਂ ਨੇ ਲਿਖਿਆ ਕੰਨਾਂ ਧੁਰ ਕੀ ਬਾਣੀ ਹੈ, ਉਹੀ ਸਾਰਿਆਂ ਨੂੰ ਅਹਾਰੇ ਦਿੰਦਾ, ਭੋਜਨ ਦਿੰਦਾ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਦੁੱਖਾਂ ਦੇ ਭੰਨਣਹਾਰ ਅਕਾਲ ਪੁਰਖ ਵਾਹਿਗੁਰੂ ਸਵਾਮੀ ਮਾਲਕ ਨੇ ਸਾਰਿਆਂ ਦੇ। ਜਲ ਥਲ ਪੂਰ ਰਹਿਆ ਮਿਹਰਬਾਨਾ, ਸਦ ਬਲਿਹਾਰ ਜਾਈਐ ਕੁਰਬਾਨਾ। ਜੋ ਮਿਹਰਬਾਨ ਅਕਾਲ ਪੁਰਖ ਵਾਹਿਗੁਰੂ ਜਲਾਂ ਵਿੱਚ, ਪਾਣੀ ਵਿੱਚ ਵੀ, ਥਲਾਂ ਵਿੱਚ ਵੀ ਵਿਆਪਕ ਹੈ, ਸਾਰੇ ਕਿਤੇ ਪੂਰਨ ਹੋ ਰਿਹਾ, ਅਸੀਂ ਸਦਾ ਹੀ ਉਸ ਵਾਹਿਗੁਰੂ ਤੋਂ ਕੁਰਬਾਨ ਵਾਰਨੇ ਫੇਰਨੇ ਬਲਿਹਾਰਨੇ ਜਾਈਏ। ਬ੍ਰਹਮ ਗਿਆਨੀ ਜਿਹੜਾ ਉਹ ਜਲ ਥਲ ਦੇ ਵਿੱਚ ਜੋ ਪਰਮਾਤਮਾ, ਉਹਦੇ ਵਿੱਚ ਉਹਦੀ ਜੋਤ ਨਾਲ ਮਿਲਣ ਕਰਕੇ ਵਿਆਪਕ ਪਰਮਾਤਮਾ ਵਿੱਚ ਹੀ ਮਿਲ ਜਾਂਦਾ। ਤਾਂਹੀਓ ਤਾਂ ਬਾਬਾ ਜੀ ਨੇ ਸੀਸ ਤਲੀ ਉੱਤੇ ਰੱਖ ਕੇ ਜੰਗ ਕਰ ਲਿਆ, ਮਾਈ ਜੀਵਨੀ ਦੇ ਕੁੱਖੋਂ ਬਾਬਾ ਜੀ ਨੇ ਕੁੱਖ ਨੂੰ ਸਫਲ ਕੀਤਾ। ਸੋ ਪਿਤਾ ਜੀ ਭਗਤਾ ਜੀ ਪਹੁ ਪਿੰਡ ਪਿੰਡ ਜ਼ਿਲ੍ਹਾ ਅੰਮ੍ਰਿਤਸਰ, ਪਹਿਲਾਂ ਲਾਹੌਰ 'ਚ ਪੈਂਦਾ ਸੀ ਇਹ ਅਸਥਾਨ, ਤੋਂ ਬਾਬਾ ਜੀ ਨੂੰ ਪਤਾ ਲੱਗ ਗਿਆ ਜਦੋਂ ਕਿ ਉੱਥੇ ਤੁਰਕਾਂ ਨੇ ਆ ਕਰਕੇ ਬੇਅਦਬੀ ਕੀਤੀ ਹੈ, ਤਾਂ ਉਸ ਵਕਤ ਬਾਬਾ ਜੀ ਨੇ ਆ ਕਰਕੇ ਭਾਰੀ ਜੰਗ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਕਿੰਨੀ ਕੁਰਬਾਨੀ ਵੱਡੀ ਹੈ ਉਹਨਾਂ ਦੀ ਕਿ ਆਪਣੇ ਬਚਨ ਨੂੰ ਬਾਬਾ ਜੀ ਨੇ ਨਿਭਾਇਆ ਹੈ। ਜਦੋਂ ਇੱਕ ਬਚਨ ਪਰਣ ਕਰ ਲੈਣ, ਗੁਰਸਿੱਖ ਪਰਣ ਕਰ ਲੈਂਦੇ ਨੇ। ਭਾਈ ਤਾਰੂ ਸਿੰਘ ਨੇ ਪਰਣ ਕਰ ਲਿਆ, ਜ਼ਕਰੀਆ ਤੈਨੂੰ ਜੁੱਤੀ ਦੀ ਨੋਕ 'ਤੇ ਲਾ ਕੇ ਅੱਗੇ ਅੱਗੇ ਨਰਕਾਂ 'ਚ ਸਿੱਟ ਕੇ ਫੇਰ ਮੈਂ ਸੱਚਖੰਡ ਜਾਣਾ। ਖੋਪੜੀ ਲੱਥੀ ਤੋਂ ਹੀ ਬੈਠੇ ਰਹੇ। ਕਿੱਡੀ ਵੱਡੀ ਕੁਰਬਾਨੀ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ। ਇਹ ਨਾਮ ਜਪਣ ਵਾਲੇ ਕਰ ਸਕਦੇ ਨੇ, ਪਰ ਨਾਮ ਨੂੰ ਜਿਨ੍ਹਾਂ ਨੇ ਨਹੀਂ ਜਪਿਆ, ਜਿਨ੍ਹਾਂ ਬਾਣੀ ਨਹੀਂ ਪੜ੍ਹੀ, ਉਹ ਨਹੀਂ ਕੁਛ ਕਰ ਸਕਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਉਹਨਾਂ ਦੇ ਉੱਤੇ। ਔਰ ਲੋਕ ਅੱਜ ਕੱਲ੍ਹ ਕਹਿੰਦੇ ਇਹ ਹੋ ਹੀ ਨਹੀਂ ਸਕਦਾ। ਜੋ ਦੁਨੀਆਂ ਭਰ ਦੇ ਲੋਕ ਸੰਤਾਂ ਮਹਾਤਮਾ ਜਿਹੜੇ, ਚਲੋ ਠੀਕ ਹੈ ਕਈ ਠੱਗ ਟੋਲੇ ਵੀ ਆ, ਉਹਨਾਂ ਦੀ ਗੱਲ ਵੱਖਰੀ ਆ, ਵੀ ਜਿਹੜੇ ਪੁਰਾਣੇ ਸਾਰੇ ਬ੍ਰਹਮ ਗਿਆਨੀ ਹੋਏ ਸੀ, ਵਿੱਚੇ ਹੀ ਲੈ ਤੁਰੇ ਉਹਨਾਂ ਨੂੰ, ਵਿੱਚੇ ਹੀ ਸਾਰਿਆਂ ਨੂੰ ਹੀ। ਬਾਬਾ ਦੀਪ ਸਿੰਘ ਨੂੰ ਵਿੱਚੇ ਲੈ ਲਿਆ, ਆਖੇ ਉਹ ਫੱਟ ਜਿਹਾ ਵੱਜਿਆ ਸੀ ਉਹਨਾਂ ਦੇ। ਫਿਰ ਇਸੇ ਪ੍ਰਕਾਰ ਪਿਛਲੀਆਂ ਸ਼ਹੀਦੀਆਂ ਨੂੰ ਉਹਨਾਂ ਲੈ ਤੁਰਨ ਕੀਤੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਸਾਰਾ ਕੁਛ ਰੀਠੇ। ਜਦ ਇਹ ਕਹਿਤਾ ਵੀ ਰੀਠੇ ਮਿੱਠੇ ਨਹੀਂ ਕੀਤੇ ਮਹਾਰਾਜ ਨੇ, ਮੱਕਾ ਨਹੀਂ ਫੇਰਿਆ, ਪਹਿਲੇ ਪਾਤਸ਼ਾਹ 'ਤੇ ਅਟੈਕ ਹੈ ਸਿੱਧਾ ਇਹ। ਫਿਰ ਇਸ ਕਰਕੇ ਗੱਲ ਗਲਤ ਹੈ। ਹਾਂ, ਇਸ ਗੱਲ ਦੀ ਮਨਜ਼ੂਰੀ ਸੰਗਤ ਕਹੇ ਵੀ ਮਹਾਰਾਜ ਨੇ ਰੀਠੇ ਮਿੱਠੇ ਨਹੀਂ ਕੀਤੇ, ਸੰਗਤ ਤਾਂ ਜਾ ਕੇ ਆਉਂਦੀ, ਰੀਠੇ ਖਾ ਕੇ ਆਉਂਦੇ ਹਾਂ, ਉੱਥੋਂ ਪ੍ਰਸ਼ਾਦ ਆਪਾਂ ਛਕਦੇ ਹਾਂ ਉੱਥੇ ਜਾ ਕੇ। ਰੀਠੇ ਮਿੱਠੇ ਕੀਤੇ, ਕਢਾਣੀ ਪਿੰਡ ਮੈਂ ਗਿਆ ਮੱਥਾ ਟੇਕਣ, ਛੇਵੇਂ ਪਾਤਸ਼ਾਹ ਦਾ ਸਥਾਨ ਬਾਹਰ ਬਾਹਰ, ਉੱਥੇ ਨਿੰਮ ਦੇ ਪੱਤੇ ਤੋੜੇ। ਕਹਿੰਦੇ ਇਹ ਦਾਤਣ ਗੱਡੀ ਸੀ ਮਹਾਰਾਜ ਨੇ ਨਿੰਮ ਦੀ, ਛੇਵੇਂ ਪਾਤਸ਼ਾਹ ਨੇ ਜਦ ਉਹ ਦਾਤਣ ਗੱਡੀ ਤਾਂ ਉੱਥੇ ਮਹਾਰਾਜ ਦੀ ਬਖਸ਼ਿਸ਼ ਹੋ ਗਈ। ਉਹ ਨਿੰਮ ਦੇ ਪੱਤੇ ਮੈਂ ਆਪ ਕਿੰਨੇ ਬੜੇ ਖਾ ਗਿਆ ਮਿੱਠੇ ਹੀ, ਅਤੇ ਦੂਜੀ ਨਿੰਮ ਨਾਲ ਲਿਆਓ ਦੂਜੇ ਪਾਸਿਓਂ, ਅਤੇ ਉਹ ਨਿੰਮ ਦੇ ਪੱਤੇ ਖਾਓ ਅਤੇ ਉਹਦੇ ਖਾਓ ਤਾਂ ਮਿਠਾਸ। ਅੰਮ੍ਰਿਤ ਸਤਿਗੁਰੂ ਅੰਮ੍ਰਿਤ ਰੂਪ ਨੇ, ਜਿੱਥੇ ਸਤਿਗੁਰ ਨਿਗਾਹ ਹੋ ਜਾਵੇ ਸਤਿਗੁਰੂ ਉੱਥੇ ਅੰਮ੍ਰਿਤ ਵਰਤਾ ਦਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੋ ਕਰਦੇ ਨੇ ਉਹਦੇ ਉੱਤੇ ਅਣਜਾਣ ਬੰਦਾ ਜੇ ਕਿੰਤੂ ਕਰਦਾ ਜਿਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਸਾਨੂੰ ਉਸ ਬੰਦੇ 'ਤੇ ਜ਼ਿਆਦਾ ਯਕੀਨ ਨਹੀਂ ਕਰਨਾ ਚਾਹੀਦਾ। ਰਹਿਣ ਦਿਨਸ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀਓ। ਕਹਿੰਦੇ ਰਾਤ ਦਿਨ ਤੁਸੀਂ ਉਹਦਾ ਸਿਮਰਨ ਕਰੀ ਜਾਇਆ ਕਰੋ, ਜਿਹੜਾ ਇੱਕ ਖਿਨ ਵਿੱਚ ਸਾਰਿਆਂ ਜੀਵਾਂ ਨੂੰ ਬਣਾਉਣ ਵਾਲਾ ਅਤੇ ਤਾਰਨ ਵਾਲਾ ਵੀ ਵਾਹਿਗੁਰੂ ਹੀ ਹੈ। ਜੇ ਉਹਨੇ ਤਾਰਨਾ ਹੋਵੇ, ਛਿਨ ਵਿੱਚ ਸਾਰਿਆਂ ਨੂੰ ਤਾਰਨ ਦੇ ਲਈ ਸਮਰੱਥ ਹੈ। ਇੱਕ ਛਿਨ ਵਿੱਚ ਦੁਨੀਆਂ ਬਣਾਉਣ ਵਾਲਾ, ਛਿਨ ਵਿੱਚ ਮੇਟਣ ਵਾਲਾ ਵਾਹਿਗੁਰੂ। ਸਤਿਗੁਰੂ ਦਾ ਉਪਦੇਸ਼ ਕੀ, ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੰਨਦੇ ਹਾਂ ਤਾਂ ਸਤਿਗੁਰੂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਰਾਖ ਲਈਏ ਸਗਲੇ ਪ੍ਰਭ ਆਪੇ, ਉੱਤਰ ਗਏ ਸਭ ਸੋਗ ਸੰਤਾਪੇ। ਵਾਹਿਗੁਰੂ ਨੇ ਆਪ ਹੀ ਸਾਰਿਆਂ ਸੇਵਕਾਂ ਨੂੰ ਰੱਖ ਲਿਆ, ਸੇਵਕਾਂ ਦੇ ਸਾਰੇ ਸੋਗ ਸੰਤਾਪ ਸਭ ਉਤਾਰ ਦਿੱਤੇ ਨੇ। ਮੈਨੂੰ ਯਾਦ ਆ ਗਿਆ ਇੱਕ ਚੀਜ਼ ਕਿ ਸਾਈਟ ਥੋੜ੍ਹੇ ਜਿਹੇ ਕਿਸੇ ਕਾਰਨ ਕਰਕੇ ਅੱਜ ਬੰਦ ਹੋਈ ਵੀ ਆ, ਉਹ ਚੱਲ ਪੈਣੀ ਹੈ, ਜਾਂ ਤਾਂ ਹੁਣ ਚੱਲ ਹੀ ਪੈਣੀ, ਕੱਲ੍ਹ ਸਵੇਰ ਦੀ ਕਥਾ ਆ ਜੂਗੀ। ਉਹ ਕਈਆਂ ਨੂੰ ਇਹ ਹੋ ਗਿਆ ਸੀ ਵੀ ਸਾਈਟ ਪਤਾ ਨਹੀਂ ਕਿਉਂ ਬੰਦ ਹੋਈ, ਕੀ ਕਾਰਨ ਹੈ। ਕਈ ਵਾਰ ਕੋਈ ਮਾੜਾ ਮੋਟਾ ਵਿੱਚ ਸੁਧਾਰ ਕਰਨਾ ਹੁੰਦਾ, ਉਹ ਸੁਧਾਰ ਕਰਨਾ ਸੀ ਥੋੜ੍ਹਾ ਜਿਹਾ ਉਹਦੇ ਵਿੱਚ, ਇਸ ਕਰਕੇ ਅੱਜ ਸੋ ਚੱਲ ਪਈ ਹੋਣੀ ਆ। ਮੈਨੂੰ ਤਾਂ ਉਹਦੇ ਜ਼ਿਆਦਾ ਅੱਖਰਾਂ ਦਾ ਪਤਾ ਨਹੀਂ, ਪੁੱਛਿਆ ਸੀ ਕਹਿੰਦੇ ਬੈਕਅਪ ਕਰ ਲਓ, ਕਹਿੰਦੇ ਉਹਦੇ ਉੱਤੇ ਚੱਲਦੀ ਹੈ। ਇਹ ਮੈਨੂੰ ਨਹੀਂ ਪਤਾ ਕੀ ਅੱਖਰ ਹੈ, ਤੁਹਾਨੂੰ ਪਤਾ ਹੋਣਾ ਕੰਪਿਊਟਰ ਵਾਲਿਆਂ ਨੂੰ। ਜੇ ਬਾਕੀ ਰਿਕਾਰਡਿੰਗ ਹੋ ਰਹੀ ਹੈ,
ਰਿਕਾਰਡਿੰਗ ਹੁਣ ਦੀ ਕਥਾ ਵੀ ਰਿਕਾਰਡਿੰਗ ਰਾਤ ਦਾ ਸਿਮਰਨ ਵੀ ਹੋਇਆ, ਉਹਦੀਆਂ ਸੀੜੀਆਂ ਵੀ ਬਣੀਆਂ ਰਾਤ ਵਾਲੇ ਸਿਮਰਨ ਦੀਆਂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਅਗਲੇ ਐਤਵਾਰ ਸੀੜੀਆਂ ਸਿਮਰਨ ਦੀਆਂ ਵੰਡੋ ਤਾਂ ਸਹੀ ਇੱਥੇ ਲਿਆ ਕੇ, ਫ੍ਰੀ ਮਾਉਣ ਤਾਂ ਉਹਨਾਂ ਨੇ ਵੰਡੀਆਂ ਨੇ, ਰਾਤ ਹੀ ਵੰਡ ਦਿੱਤੀਆਂ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਰਾਖ ਲਈਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰੀ ਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਨਾਮ ਜਪਣ ਕਰਕੇ ਸੇਵਾ ਸੇਵਕਾਂ ਦਾ ਮਨ ਤਨ ਸ਼ੁਭ ਗੁਣਾਂ ਕਰਕੇ ਹਰਿਆਵਲ ਹੁੰਦਾ, ਆਨੰਦ ਵਾਲਾ ਹੋ ਗਿਆ, ਹਰ ਕਾ ਨਾਮ ਧਿਆਇਕ ਹੈ ਹੋ ਹਰਿਆ ਭਾਈ, ਕਰਮ ਲਿਖੰਤਾ ਪਾਈਆ ਰੁੱਤ ਸੁਹਾਈ। ਕਹਿੰਦੇ ਨੇ ਉਹ ਵਾਹਿਗੁਰੂ ਆਪਣੇ ਸੇਵਕਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਜਦੋਂ ਨਿਹਾਰੇ ਹੁੰਦਾ, ਤੱਕਦਾ ਨਾ ਦੇਖਦਾ, ਉਦੋਂ ਉਹਨਾਂ ਦਾ ਮਨ ਤਨ ਹਰਿਆ ਭਰਾ ਕਰ ਦਿੰਦਾ, ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੋ ਜਾਂਦਾ। ਆਪਾਂ ਨੇ ਅਸਲ ਵਿੱਚ ਜਿਹੜੀ ਚੀਜ਼ ਬਖਸ਼ੀ ਸੀ ਉਹ ਸੰਭਾਲੀ ਨਹੀਂ, ਉਹਦੇ 'ਤੇ ਮਿਹਨਤ ਨਹੀਂ ਕੀਤੀ, ਉਲਟਾ ਹਾਸੇ ਦੀਆਂ ਗੱਲਾਂ 'ਤੇ ਵੀ ਤਰਕਾਂ ਕਰਦੇ ਲੋਕ। ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਵੱਡੀਆਂ ਬਖਸ਼ਿਸ਼ਾਂ ਸਾਨੂੰ ਦਿੱਤੀਆਂ, ਸਾਡੇ ਲੋਕ ਉਹਨਾਂ ਨੂੰ ਪਤਾ ਨਹੀਂ ਕਿਉਂ ਮਖੌਲ ਕਰਦੇ ਨੇ। ਬਹੁਤ ਸਾਰੇ ਲੋਕ ਕਹਿ ਲਏ ਇਹਨਾਂ ਗੱਲਾਂ ਦਾ ਹੁਣ ਕੀ ਫਾਇਦਾ, ਇਹਨਾਂ ਗੱਲਾਂ ਦਾ ਆਹ ਕੀ ਫਾਇਦਾ। ਪਰ ਜਦੋਂ ਉਹ ਕਿਤੇ ਵਾਹਿਗੁਰੂ ਦੀ ਕਿਰਪਾ ਨਾਲ ਪ੍ਰੈਕਟੀਕਲੀ ਲਾਈਫ ਆਪ ਉਸ ਪਾਸੇ ਤੋਰਦੇ ਨੇ ਆਪਣੀ, ਫਿਰ ਉਹ ਬੜਾ ਪਛਤਾਉਂਦੇ ਨੇ, ਬਹੁਤ ਪਛਤਾਉਂਦੇ ਨੇ, ਕਾਸ਼ ਕਿਤੇ ਅਸੀਂ ਪਹਿਲਾਂ ਲੱਗ ਜਾਂਦੇ ਇੱਧਰ, ਅਸੀਂ ਤਾਂ ਉਈ ਸਮਝਿਆ ਸੀ, ਇਹਨਾਂ ਗੱਲਾਂ ਨੂੰ ਮਖੌਲ ਹੀ ਸਮਝਿਆ ਸੀ। ਇਹ ਮਖੌਲ ਨਹੀਂ ਹੈ ਕੋਈ, ਲੋਕ ਜਾਣਨਾ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਆਪਾਂ ਬਹੁਤ ਵੱਡੇ ਹਾਂ ਭਾਈ, ਛੋਟੇ ਜਿਹੇ ਨਹੀਂ ਹੈਗੇ ਆਪਾਂ ਗੁਰਸਿੱਖ। ਸਤਿਗੁਰੂ ਨੇ ਬਾਣੀ ਅੰਦਰ ਸਾਰਿਆਂ ਦਾ ਲਿਖ ਕੇ ਅਖੀਰ 'ਤੇ ਲਿਖਿਆ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਜਾਏ ਪੜਤਿਆ। ਇਹ ਠੀਕ ਆ, ਕਿਸੇ ਬੰਦੇ ਕੋਲ ਚਾਰ ਪੈਸੇ ਘੱਟ ਹੋ ਸਕਦੇ ਆ, ਮਕਾਨ ਨਹੀਂ ਹੋਣਾ, ਚਲੋ ਕੋਈ ਨਹੀਂ, ਗੱਡੀ ਵੀ ਪੁਰਾਣੀ ਜੀ ਹੈ। ਸਤਿਗੁਰੂ ਕੀ ਕਹਿੰਦੇ, ਬਸਤਾ ਤੁੰਟੀ ਝੋਂਪੜੀ ਚੀਰ ਸਭ ਛਿੰਨਾ, ਟੁੱਟੀ ਹੋਈ ਝੋਂਪੜੀ 'ਚ ਵੱਸਦਾ ਹੋਵੇ ਨਾ, ਕੱਪੜੇ ਪਾਟੇ ਹੋਏ ਪਾਏ ਹੋਣ, ਜਾਤ ਨਾ ਪਤ ਨਾ ਆਦਰੋ, ਨਾ ਕੋਈ ਉੱਚੀ ਜਾਤ ਹੋਵੇ, ਨਾ ਪਾਂਤ ਸ਼੍ਰੇਣੀ ਹੋਵੇ, ਨਾ ਕਿਤੇ ਉਹਦਾ ਸਤਿਕਾਰ ਹੀ ਹੁੰਦਾ ਹੋਵੇ। ਉਦਿਆਨ ਭਰਮਿੰਨਾ ਜੰਗਲਾਂ ਵਿੱਚ ਵਿਚਾਰਾ ਭਟਕਦਾ ਫਿਰਦਾ ਹੋਵੇ, ਮਿੱਤਰ ਨਾ ਧਨ ਹੇਠ ਰੂਪਹੀਣ ਕੁਛ ਸਾਕ ਨਾ ਸਿੰਨਾ, ਨਾ ਕੋਈ ਉਹਦਾ ਮਿੱਤਰ, ਨਾ ਕੋਈ ਪਿਆਰਾ, ਨਾ ਕੋਈ ਉਹਦਾ ਸਾਕ ਸੰਬੰਧੀ, ਕਿਉਂ ਪੁੱਛਦਾ ਹੀ ਨਹੀਂ ਅਗਲਾ, ਜਾਂ ਪੈਸੇ ਨਹੀਂ ਹੁੰਦੇ ਬੰਦੇ ਕੋਲ। ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ, ਰਾਜਾ ਸਗਲੇ ਸਿਸ਼ਟ ਕਾ ਹਰ ਨਾਮ ਮਨ ਭਿੰਨਾ, ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਸਾਰੀ ਦੁਨੀਆਂ ਦਾ ਰਾਜਾ ਹੈ ਜਿਹਦਾ ਨਾਮ ਦੇ ਵਿੱਚ ਮਨ ਭਿੱਜ ਗਿਆ। ਇਸ ਕਰਕੇ ਠੀਕ ਹੈ, ਇੱਕ ਪੱਖ ਨਹੀਂ ਲੈਣਾ ਕਿ ਆਪਣੇ ਕੋਲ ਆਹ ਨਹੀਂ ਆਹ ਨਹੀਂ, ਪਰ ਨਾਮ ਤਾਂ ਹੈ ਨਾ ਸਾਡੇ ਕੋਲ, ਜਿਹੜਾ ਨਾਮ ਹੈ ਇਹ ਕਿਸੇ ਕੋਲ ਨਹੀਂ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨਹੀਂ ਸੱਚਾ ਮਨ ਵਸਾਇਆ। ਓਏ ਆਪਾਂ ਅਮੀਰਾਂ ਦੇ ਵੀ ਅਮੀਰ ਹਾਂ ਸਭ ਦੇ, ਤੁਹਾਨੂੰ ਕੌਣ ਕਹਿੰਦਾ ਆਪਾਂ ਗਰੀਬ ਹਾਂ? ਆਪਣੇ ਕੋਲ ਤਾਂ ਇੰਨਾ ਕੁਛ, ਜਿਹਦੇ ਕੋਲ ਵਾਹਿਗੁਰੂ ਮੰਤਰ ਹੈ ਉਹਦੇ ਕੋਲ ਸਾਰਾ ਕੁਛ ਹੀ ਹੈ, ਔਰ ਜਿਹਦੇ ਕੋਲ ਸਾਰਾ ਕੁਛ ਹੈ, ਮਹਾਰਾਜ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਦੁਨੀਆਂ ਦਾ ਰਾਜਾ ਬਣ ਗਿਆ, ਮੈਂ ਨਾ ਭਾਵੇਂ ਸਾਰੀ ਧਰਤੀ ਖਰੀਦ ਲਏ, ਕੋਈ ਇੱਕ ਗੁਰਸਿੱਖ ਜਿਹਦੇ ਕੋਲ ਪਾਟੇ ਜੇ ਕੱਪੜੇ ਹੁਣ, ਇੱਕ ਟਾਈਮ ਦੀ ਰੋਟੀ ਵੀ ਨਾ ਹੋਵੇ, ਪਰ 24 ਘੰਟੇ ਸਿਮਰਨ 'ਚ ਲੀਨ ਹੋਵੇ, ਉਹ ਅਮੀਰ ਗਿਣਿਆ ਜਾਂਦਾ। ਅਤੇ ਉਹ ਜਿਹਦੇ ਕੋਲ ਇੰਨੇ ਪੈਸੇ ਉਹ ਗਰੀਬ। ਮਲਕ ਭਾਗੋ ਕੋਲ ਨਾ ਗਏ ਗੁਰੂ ਨਾਨਕ ਦੇਵ ਜੀ, ਭਾਈ ਲਾਲੋ ਕੋਲ ਕਿਉਂ ਗਏ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬਾਂ ਦੇ ਹਮਦਰਦ, ਨੀਚਾਂ ਹੀ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਇਹ ਨਹੀਂ ਦੇਖਣਾ ਵੀ ਇਹਦੇ ਮਹਿਲ ਵੱਡੇ ਨੇ, ਮੈਂ ਇਹ ਨਹੀਂ ਦੇਖਣਾ ਇਹਦੇ ਕੋਲ ਆ ਨਹੀਂ, ਮੈਂ ਤਾਂ ਇਹ ਦੇਖਣਾ ਵੀ ਅੰਮ੍ਰਿਤ ਵੇਲੇ ਉੱਠਦਾ ਹੈ, ਅਮੀਰ ਹੈ, ਨਿਤਨੇਮ ਕਰਦਾ ਅਮੀਰ ਹੈ, ਸਿਮਰਨ ਕਰਦਾ ਮੇਰਾ ਅਮੀਰ ਤਾਂ ਉਹ ਹੈ। ਜਦੋਂ ਗੁਰੂ ਅਰਜਨ ਦੇਵ ਜੀ ਬਰਾਤ ਲੈ ਗਏ ਮਾਉ ਸਾਹਿਬ, ਸਾਧੂ ਸੰਤ ਫਕਰ ਫਕੀਰ ਮੰਗਤੇ ਨਾਲ, ਕਹਿੰਦੇ ਇਹ ਤਾਂ ਬੜਾ ਮਾੜਾ ਹੋਇਆ, ਬਹੁਤ ਹੱਦ ਕੀਤੀ ਸਾਡੀ ਇਹਨਾਂ ਨੇ। ਗੁਰੂ ਨਾਨਕ ਦੇਵ ਜੀ ਵੀ ਐਂ ਲੈ ਗਏ ਸੀ ਨਾਮ ਜਪਣ ਵਾਲਿਆਂ ਨੂੰ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਆਹ ਕੀ ਲਿਆਂਦਾ ਨਾਲ, ਕੰਗਾਲ ਜੇ ਗਰੀਬ ਜੇ। ਮਹਾਰਾਜ ਕਹਿੰਦੇ ਇਹ ਸਭ ਤੋਂ ਅਮੀਰ ਹੈ, ਇਹ ਜਿਨ੍ਹਾਂ ਨੂੰ ਮੈਂ ਨਾਲ ਲੈ ਕੇ ਆਇਆ, ਇਹ ਤਿੰਨਾਂ ਲੋਕਾਂ ਦੇ ਰਾਜੇ ਸਾਰੇ ਭਗਤੀ 'ਚ ਰੰਗੇ ਹੋਏ, ਤੁਸੀਂ ਜਿਹਨੂੰ ਅਮੀਰ ਸਮਝਦੇ ਹੋ ਉਹ ਤਾਂ ਮੇਰੇ ਲਈ ਕੰਗਾਲ ਹੈ। ਭਰਥਰ ਹਰੀ ਜੀ ਨੇ ਰਾਜ ਭਾਗ ਛੱਡਿਆ, ਕਹਿੰਦੇ ਨੇ ਜਾ ਕੇ ਤ੍ਰਿਸ਼ਨਾ ਆਦਿਕ ਹੈ ਵਹੀ ਜਾਨ ਕੰਗਾਲ। ਕੰਗਾਲ ਉਹ ਹੁੰਦਾ ਜਿਹਨੂੰ ਤ੍ਰਿਸ਼ਨਾ ਲੱਗੀ ਹੋਵੇ, ਹਾਏ ਪੈਸਾ ਹੋਰ ਪੈਸਾ, ਉਹ ਕੰਗਾਲ।
ਜਿਹੜਾ ਰੱਜਿਆ ਬੈਠਾ ਆਰਾਮ ਨਾਲ, ਸੁਕਰਾਤ ਲੰਮਿਆ ਪਿਆ ਸੀ ਨਾ ਰੇਤੇ 'ਤੇ, ਅਤੇ ਸਿਕੰਦਰ ਕਹਿਣ ਲੱਗਿਆ ਚੱਲ ਆ ਚੱਲੀਏ ਮੈਂ ਦੁਨੀਆਂ ਨੂੰ ਜਿੱਤਣ ਚੱਲਿਆ। ਕਹਿੰਦਾ ਫੇਰ, ਕਹਿੰਦਾ ਉਹ ਮੁਲਕ ਜਿੱਤਣਾ, ਫੇਰ ਉਹ ਮੁਲਕ ਜਿੱਤਣਾ, ਕਹਿੰਦਾ ਫੇਰ ਸਾਰੀ ਦੁਨੀਆਂ ਜਿੱਤ ਲੈਣੀ, ਫੇਰ ਕਹਿੰਦਾ ਫਿਰ ਆਰਾਮ ਨਾਲ ਪਵਾਂਗਾ ਬੈੱਡ 'ਤੇ। ਉਹ ਕਹਿੰਦਾ ਮੈਂ ਹੁਣੇ ਹੀ ਪਿਆ ਆਰਾਮ ਨਾਲ, ਇੱਥੇ ਆ ਤੂੰ ਮੇਰੇ ਨਾਲ, ਤੂੰ ਇੱਥੇ ਰੇਤੇ 'ਤੇ ਪੈ ਜਾ, ਵਧੀਆ ਮੌਜ ਕਰਦੇ ਹਾਂ। ਪਹਿਲਾਂ ਤਾਂ ਇੰਨੀ ਦੁਨੀਆਂ ਮਾਰੇਗਾ, ਕਰੋੜਾਂ ਲੋਕ ਮਾਰ ਕੇ ਜੋ ਪਏਗਾ ਉਹ ਹੁਣੇ ਹੀ ਪੈ ਜਾ, ਐਵੇਂ ਹੀ ਭੱਜਿਆ ਜਾਂਦਾ ਉੱਧਰ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਹੈ ਨਾ ਉਹਨਾਂ ਕੋਲ ਸੱਚੀ ਸੇਜਾ ਹੈ। ਆਪ ਤੋਂ ਜਾਏ ਚੜ੍ਹੇ ਸਿੰਘਾਸਨ ਮਿਲਿਆ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣ। ਇਸ ਕਰਕੇ ਬੇਨਤੀ ਆ, ਆਉਣਾ ਤੁਸੀਂ ਹਫ਼ਤੇ ਬਾਅਦ ਹੁੰਦਾ ਤਾਂ ਗੁਰੂ ਘਰ 'ਚ ਆਉਂਦਿਆਂ ਸਾਰ ਦੌੜਨ ਦੀ ਨਹੀਂ ਕਰਨੀ, ਇੱਥੋਂ ਵੀ ਕੁਛ ਲੈ ਜਾਓ, ਨਾਮ ਦੀ ਦਾਤ ਲੈ ਜਾਓ, ਮੰਗ ਲਓ ਮਹਾਰਾਜ ਕੋਲੋਂ, ਕੋਲ ਬਹਿ ਕੇ ਸਿਮਰਨੀ ਕਰ ਲਓ। ਕਦੇ ਇਹ ਨਹੀਂ ਕਿਹਾ ਵੀ ਸ਼ਨਿਚਰਵਾਰ ਨੂੰ ਸਿਮਰਨ ਕਰਾਉਂਦੇ, ਐਤਵਾਰ ਨੂੰ ਵੀ ਮਾੜਾ ਮੋਟਾ ਸਾਨੂੰ ਕਰਾ ਦਿਆ ਕਰੋ ਸਿਮਰਨ, ਦੁਪਹਿਰੇ ਹੋ ਜੇ, ਐਂ ਹੋ ਜੇ, ਲਾਭ ਲੈਣ ਦੀ ਤਾਂ ਕੋਈ ਗੱਲ ਹੀ ਨਹੀਂ ਨਾ ਹੈ। ਮੈਂ ਇੱਕ ਦਿਨ ਇੱਕ ਬੰਦਾ ਕਹਿੰਦਾ ਵੀ ਸੰਗਤ ਕਥਾ 'ਚ ਨਹੀਂ ਆਉਂਦੀ, ਆਉਣੀ ਆਉਂਦੀ। ਮੈਂ ਕਿਹਾ ਜੇ ਇੱਥੋਂ ਦੀ ਕਮੇਟੀ ਇਹ ਕਹਿ ਦੇਵੇ ਵੀ ਜਿਹੜਾ ਆਊਗਾ ਸਵੇਰ ਦੀ ਕਥਾ 'ਚ $100 ਨਾਲ ਮਿਲੂਗਾ, ਮੈਂ ਕਿਹਾ ਵੀ ਤਾਂ ਨਿਆਣਿਆਂ ਨੂੰ ਵੀ ਚੁੱਕ ਕੇ ਲਿਆਉਣਗੇ ਨਾਲ, ਸੁੱਤੇ ਪਏ ਨੂੰ। ਲਓ ਜੀ ਫਿਰ ਬਾਅਦ ਵਿੱਚ ਸਟ੍ਰਾਈਕ ਵੀ ਹੋਣੀ ਹੈ ਇੱਕ ਮਹੀਨੇ ਬਾਅਦ ਵੀ ਅਸੀਂ ਜੀ ਸਵੇਰੇ ਸਵੇਰੇ ਆਉਣੇ ਹਾਂ, $150 ਕਰੋ, 100 ਤਾਂ ਥੋੜ੍ਹਾ ਹੈ। ਉਹ ਪੈਸਿਆਂ ਮਗਰ ਲੱਗੇ ਹੋਏ ਹੋ, ਪੈਸੇ ਤਾਂ ਮਹਾਰਾਜ ਨੇ ਦਿੱਤੇ ਹੀ ਹੋਏ ਆ, ਅਮਰੀਕਾ ਤਾਂ ਸਿੱਖ ਲਿਆਂਦਾ, ਇੱਥੇ ਦੱਸੋ ਥੋੜ੍ਹੀ ਐਡੀ ਵਡਿਆਈ, ਜਾਂ ਤੁਸੀਂ ਇੰਡੀਆ ਜਾਂਦੇ ਹੋ ਲੋਕ ਐਂ ਦੇ ਦਿਓ, ਅਮਰੀਕਾ ਤੋਂ ਆਇਆ ਇਹ, ਸਵਰਗਾਂ 'ਚੋਂ ਆਇਆ ਵਿਚਾਰਾ। ਸੋ ਇਸ ਕਰਕੇ ਲੋਕ ਕਹਿੰਦੇ ਬੜਾ ਸਵਰਗ ਹੈ ਬਾਹਰ। ਇਸ ਕਰਕੇ ਦੱਸੋ ਤੁਹਾਨੂੰ ਏਡੀ ਉੱਚੀ ਪਦਵੀ ਮਿਲੀ, ਸਾਰਾ ਕੁਛ ਮਿਲਿਆ ਹੈ, ਫਿਰ ਤੁਸੀਂ ਸਿਮਰਨ ਵਾਲੇ ਪਾਸੇ ਕਿਉਂ ਨਹੀਂ ਜਾਂਦੇ, ਨਿਤਨੇਮ ਕਿਉਂ ਛੱਡੀ ਬੈਠੇ ਹੋ, ਭਗਤੀ ਕਿਉਂ ਛੱਡ ਦਿੱਤੀ? ਜੇ ਕਿਤੇ ਮੁਸਲਮਾਨਾਂ ਨੂੰ ਉਦੋਂ ਪਤਾ ਹੁੰਦਾ ਨਾ, ਉਹ ਸਿੰਘਾਂ ਦੇ ਮੂਹਰੇ ਢੇਰ ਲਾਉਂਦੇ ਸੀ ਸੋਨੇ ਦਾ, ਤੁਹਾਡੀਆਂ ਸਾਡੀਆਂ ਬੇਗਮਾਂ ਨਾਲ ਸ਼ਾਦੀਆਂ ਕਰ ਦਾਂਗੇ, ਐਂ ਕਰ ਦਾਂਗੇ, ਤੁਸੀਂ ਕੇਸ ਕਟਾ ਲਓ, ਤੁਸੀਂ ਜਰਦਾ ਖਾ ਲਓ, ਤੁਸੀਂ ਆਹ ਕਰ ਲਓ, ਤੁਸੀਂ ਆਹ ਕੁੱਠਾ ਮਾਸ ਖਾ ਲਓ, ਸਾਡੇ ਨਾਲ ਰਲ ਜਾਓ। ਸਿੰਘਾਂ ਨੇ ਬੰਦ ਬੰਦ ਕਟਵਾ ਲਏ, ਚਰਖਣੀਆਂ ਚੜ੍ਹ ਕੇ ਰਲੇ ਨਹੀਂ। ਅਤੇ ਜੇ ਇੱਥੇ ਕਿਸੇ ਨੂੰ ਕਹਿ ਦਿੰਦਾ ਬਾਅਦ, ਹੁਣ ਸੌਖਾ ਕੰਮ ਹੋ ਗਿਆ ਸਿੱਖਾਂ ਨੂੰ ਪਾਸੇ ਕਰਨਾ, ਚੱਲ ਬਈ ਪਾਸਪੋਰਟ ਬਣਾ ਲਾ, ਕਹਿੰਦਾ ਚਲੋ ਹੁਣ ਪਹਿਲਾਂ ਕੇਸ ਤਾਂ ਕਟਾਈਏ। ਪਾਸਪੋਰਟ ਬਣਦੇ ਹੀ ਕੇਸ ਕਟਾ ਲੈਂਦਾ ਵੀ ਜੇ ਵੀਜ਼ਾ ਲੱਗ ਜੇ, ਫਿਰ ਕਹਿੰਦਾ ਹੁਣ ਸ਼ਰਾਬ ਵੀ ਪੀ ਲਈਏ। ਅਮਰੀਕਾ ਆ ਗਿਆ ਫਿਰ ਕਹਿਣਾ ਹੀ ਕਿਹਾ ਇਹ ਸਿੱਖ। ਉਹ ਸਿੱਖ ਹੁਣ ਮਾੜੇ ਜਿਹੇ 'ਚ ਖਰੀਦਣ ਜਾਣ ਲੱਗ ਪਿਆ, ਸਿੱਖ ਤਾਂ ਮਾੜੀ ਮਾੜੀ ਗੱਲ 'ਤੇ ਡਿੱਗਣ ਲੱਗ ਪਿਆ, ਉਹ ਇਹ ਸਿੱਖ ਨਹੀਂ ਰਹੇ ਹੁਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਦੁਆਰੇ ਪੱਕੇ ਅਤੇ ਸਿੱਖੀ ਕੱਚੀ। ਗੁਰਦੁਆਰੇ ਪਹਿਲਾਂ ਕੱਚੇ ਹੁੰਦੇ ਸੀ, ਸਿੱਖੀ ਪੱਕੀ ਹੁੰਦੀ ਸੀ। ਇਸ ਕਰਕੇ ਆਪਣੀ ਸਿੱਖੀ ਨੂੰ ਪੱਕੀ ਕਰੋ, ਜੇ ਗਲਤੀ ਕਰ ਹੀ ਲਈ ਹੈ ਇੱਥੇ ਆ ਕੇ ਦੁਬਾਰਾ, ਹੁਣ ਫਿਰ ਗੁਰੂ ਸਾਹਿਬ ਦੇ ਮਾਰਗ 'ਤੇ ਚੱਲੀਏ। ਕੇਸਾਂ ਦੀ ਸੰਭਾਲ ਕਰੋ, ਬਾਣੀ ਦੀ ਸੰਭਾਲ ਕਰੋ, ਰਹਿਤ ਦੀ ਸੰਭਾਲ ਕਰੋ। ਵਿਸਾਖੀ ਅਤੇ ਅੰਮ੍ਰਿਤ ਸੰਚਾਰ ਹੋਣਾ ਹੁਣ, ਅਤੇ ਫਿਰ ਸਾਰਿਆਂ ਨੇ ਆਪਣੇ ਨਾਂ ਲਿਖਾਉਣੇ ਸ਼ੁਰੂ ਕਰ ਦੇਣੇ ਹੁਣ। ਕੋਈ ਗੱਲ ਨਹੀਂ, ਦੁਬਾਰਾ ਉੱਠੋ, ਫਿਰ ਗੁਰੂ ਕੇ ਖਾਲਸੇ ਬਣੋ, ਸਿੱਖ ਬਣੋ, ਬਾਣੀ ਪੜ੍ਹੋ। ਅਮੀਰ ਉਹ ਜਿਹੜਾ ਗੁਰੂ ਦਾ ਪਿਆਰਾ ਬਣ ਜੇ, ਬਾਕੀ ਜਿੰਨਾ ਮਰਜ਼ੀ ਕੋਈ ਅਮੀਰ ਹੋਵੇ ਉਹ ਸਾਡੀ ਨਿਗਾਹ 'ਚ ਅਮੀਰ ਨਹੀਂ। ਆਓ ਆਪਾਂ ਹੁਣ ਅਮੀਰ ਬਣ ਜਾਈਏ ਸਾਰੇ, ਗੁਰੂ ਦੇ ਅਮੀਰ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਮਹਾਰਾਜ ਕਹਿੰਦੇ ਉਹ ਅਮੀਰ ਆ ਮੇਰਾ ਜਿਹੜਾ ਨਾਮ ਜਪਣ ਵਾਲਾ। ਵਾਹਿਗੁਰੂ।